ਹੈਲੋ एवरीवन ਏਰ ਇਜ਼ ਯੂਆ ਰੀਤ ਕਾਰ ਐਂਡ ਵੈਲਕਮ ਬੈਕ ਟੂ ਅਵਰ YouTube ਚੈਨਲ ਅਰਨ ਮਨੀ ਜੌਬ ਕੁਝ ਵੈਕੈਂਸੀਸ ਦੀ ਇਨਫੋਰਮੇਸ਼ਨ ਲੈ ਕੇ ਆਈਆਂ ਪਹਿਲੀ ਵੈਕੈਂਸੀ ਜਿਹੜੀ ਆਈ ਉਹ ਫਰੈਂਚ ਹੈ ਇਹ ਲੈਂਡ ਰਿਕਰੂਟਮੈਂਟ ਡਰਾਈਵ 2023 ਦੇ ਵਿੱਚ ਹੈ ਜਿਨ੍ਹਾਂ ਦੀ ਜਿਹੜੀਆਂ ਲੋਕੇਸ਼ਨਸ ਨੇ ਡਿਪਾਰਟਮੈਂਟ ਜਿਹੜੇ ਨੇ ਵੱਖਰੀ ਵੱਖਰੀਆਂ ਲੋਕੇਸ਼ਨਸ ਦੇ ਵਿੱਚ ਨੇ ਸੋ ਪਹਿਲਾ ਜਿਹੜੀ ਇਹਦੇ ਵਿੱਚ ਵੈਕੈਂਸੀਸ ਜਿਹੜੀਆਂ ਨੇ ਉਹ ਫਰੰਟ ਆਫਿਸ ਵਾਲਿਆਂ ਦੇ ਵਾਸਤੇ ਵੈਕੈਂਸੀਸ ਓਪਨ ਨੇ بزਨਸ ਡਿਵੈਲਪਮੈਂਟ ਅਕਾਊਂਟ ਤੇ ਫਾਈਨੈਂਸ ਦੇ ਵਿੱਚ ਆ ਆਈਟੀ ਕਮਿਊਨੀਕੇਸ਼ਨ ਦੇ ਵਿੱਚ ਆ ਅਕੈਡੈਮਿਕ ਆਪਰੇਟਰਸ ਚਾਹੀਦੇ ਤੇ ਅੰਮ੍ਰਿਤਸਰ ਬਠਿੰਡਾ ਰੋਟਕ ਤੇ ਚੰਦੀਕੜ ਜਿਹੜੇ ਆ ਉਹਨਾਂ ਦੇ ਵਿੱਚ ਐ ਵੈਕੈਂਸੀਜ਼ ਓਪਨ ਹੈਗੀਆਂ ਵਾ ਗ੍ਰੈਜੂਏਸ਼ਨ ਹੈਗੀ ਆ ਤੁਹਾਡੇ ਕੋਲ ਕੋਈ ਐਕਸਪੀਰੀਐਂਸ ਨਹੀਂ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਜਿਹੜੀ 4 ਜਨਵਰੀ ਹੋਏਗੀ ਨੈਕਸਟ ਜਿਹੜੀ ਵੈਕੈਂਸੀ ਉਹ ਹੈਗੀ ਆ ਮਹਾਰਿਸ਼ੀ ਚੜੀ ਹੈਗੀ ਆ ਮਾਰਕੰਦੇਸ਼ਵਰ ਟਰਸਟ ਦੇ ਵੱਲੋਂ ਇਦੇ ਵਿੱਚ ਰਿਕਰੂਟਮੈਂਟ ਜਿਹੜੀ ਹੈਗੀ ਆ ਉਹ ਫੈਕਲਟੀਜ਼ ਦੀਆਂ ਨੇ ਤੇ ਕੁਝ ਹੋਰ ਸਟਾਫ ਵੀ ਹੈਗਾ ਵਾ ਸੋ ਇਹਦੇ ਵਿੱਚ ਪ੍ਰਿੰਸੀਪਲ ਅਕਾਡੈਮਿਕ ਕੋਆਰਡੀਨੇਟਰ ਪੀਜੀਟੀ ਵੱਖਰੇ ਵੱਖਰੇ ਸਬਜੈਕਟਸ ਦੇ ਵਿੱਚ ਤੇ ਟੀਜੀਟੀ ਦੇ ਵੱਖਰੇ ਵੱਖਰੇ ਸਬਜੈਕਟਸ ਦੇ ਵਿੱਚ ਵੈਕੈਂਸੀਜ਼ ਓਪਨ ਨੇ ਆ ਪੀਆਰਟੀ ਸਾਰੇ ਸਬਜੈਕਟਸ ਵਿੱਚ ਆ ਪ੍ਰੀ ਪ੍ਰਾਇਮਰੀ ਟੀਚਰ ਚਾਹੀਦੇ ਆ ਫਿਜ਼ੀਕਲ ਐਜੂਕੇਸ਼ਨ ਇਨਸਟ੍ਰਕਟਰ ਚਾਹੀਦੇ ਆ ਤੇ ਨਾਲ ਦੇ ਵਾਸਤੇ ਰਿਸੈਪਸ਼ਨ ਦੇ ਵਾਸਤੇ ਵੀ ਇਹਨਾਂ ਨੂੰ ਰਿਸੈਪਸ਼ਨਿਸਟ ਪਰਸਨਲ ਅਸਿਸਟੈਂਟ ਡਾਟਾ ਐਂਟਰੀ ਆਪਰੇਟਰ ਸਵੀ ਚਾਹੀਦੇ ਆ ਲਾਇਬ੍ਰੇਰੀਅਨ ਚਾਹੀਦੇ ਆ ਕਾਉਂਸਲਰ ਚਾਹੀਦੇ ਆ ਐਡਮਿ ਫੀਮੇਲ ਹੌਸਟਲ ਵਾਰਡਨ ਦੀ ਵੀ ਵੈਕੈਂਸੀ ਓਪਨ ਹੈ ਲੈਬ ਅਸਿਸਟੈਂਟ ਦੀ ਵੀ ਵੈਕੈਂਸੀ ਜਿਹੜੀ ਆ ਉਹ ਓਪਨ ਹੈ ਸੋ ਇਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਇੰਸਟੀਚਿਊਟ ਜਿਹੜੇ ਨੇ ਵੱਖਰੇ ਵੱਖਰੇ ਇੰਸਟੀਚਿਊਟ ਦੇ ਵਿੱਚ ਇਹਨਾਂ ਦੇ ਡਿਲੀਵਰੀ ਜਿਹੜੇ ਇੰਟਰਵਿਊ ਟਾਈਮ ਹੈ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਇਹਨਾਂ ਦੇ ਮੋਬਾਈਲ ਨੰਬਰ ਉੱਪਰ ਜਾ ਕੇ ਤੁਸੀਂ ਕੰਟੈਕਟ ਕਰ ਸਕਦੇ ਹੋ ਨੈਕਸਟ ਹੈ ਖਾਲਸਾ ਕਾਲਜ ਆਫ ਫਾਰਮੇਸੀ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਹੈ ਉਹਨਾਂ ਦੇ ਵਾਸਤੇ ਵੀ ਟੀਚਿੰਗ ਦੀ ਫਾਰਮੈਕਿਊਟੀਕਲ కెਮਿਸਟਰੀ ਦੇ ਵਿੱਚ ਦੋ ਵੈਕੈਂਸੀਸ ਨੇ ਇਸੇ ਹਿਸਾਬ ਦੇ ਨਾਲ ਉਹਨਾਂ ਕੋਲ ਟੀਚਿੰਗ ਦੀਆਂ ਵੈਕੈਂਸੀਸ ਨੇ ਅਸਿਸਟੈਂਟ ਪ੍ਰੋਫੈਸਰ ਤੇ ਮੇਨ ਪ੍ਰੋਫੈਸਰ ਦੀਆਂ ਹੈਗੇ ਨੇ ਵੱਖਰੇ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਵਿਥਿਨ 15 ਡੇਸ ਤੁਸੀਂ ਜਿਹੜਾ ਆਪਣਾ ਜਿਹੜਾ ਵਾ ਰੈਜ਼ਿਊਮ ਜਿਹੜਾ ਵਾ ਉਹ ਸੈਂਡ ਕਰ ਸਕਦੇ ਹੋ ਇਹਨਾਂ ਨੂੰ ਇਹਨਾਂ ਦਾ ਕੰਟੈਕਟ ਨੰਬਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਆਪਾਂ ਸ਼ਾਰਟ ਦੇ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਹੈ ਮੈਂ ਦੱਸਦੀ ਆ ਜਿਹ ਦੇ ਆਸਮੇਂ ਦਾ ਕਮੈਂਟ ਸੈਕਸ਼ਨ ਅਗਲੀ ਹੈਗੀ ਹੈ ਫਰੈਂਡਸ ਯਾਦਵਿੰਦਰਾ ਪਬਲਿਕ ਸਕੂਲ ਹੈਗਾ ਵਾ ਉਹਦੇ ਵਿੱਚ ਜਿਹੜਾ ਪਟਿਆਲਾ ਦੇ ਵਿੱਚ ਵੈਕੈਂਸੀਜ਼ ਓਪਨ ਹੋਈਆਂ ਨੇ ਸਪੈਸ਼ਲ ਐਜੂਕੇਟਰ ਟੀਚਰ ਜਿਹੜੇ ਉਹਨਾਂ ਵਾਸਤੇ ਜਿਨ੍ਹਾਂ ਨੇ ਗ੍ਰੈਜੂਏਟ ਕੀਤੀ ਆ ਬੀਐਡ ਹੈਗੀ ਜਿਨ੍ਹਾਂ ਕੋਲੋ ਅਪਲਾਈ ਕਰ ਸਕਦੇ ਆ ਨਾਲ ਹੀ ਉਹਨਾਂ ਨੂੰ ਬੋਰਡਿੰਗ ਹਾਊਸ ਮੈਟਰਨ ਦੀ ਲੋੜ ਹੈਗੀ ਜਿਹਦੇ ਕੋਲ ਵੀ ਮਿਨਿਮਮ ਇਚ 10 ইয়ারਸ ਦਾ ਜਿਹੜਾ ਐਕਸਪੀਰੀਅੰਸ ਚਾਹੀਦਾ ਵਾ ਨਾਲ ਹੀ ਸੌਕਰ ਕੋਚ ਦੀ ਵੀ ਵੈਕੈਂਸੀ ਚੜੀ ਓਪਨ ਹੈ ਤੇ ਨਾਲ ਹੀ ਜਿਮ ਵਾਸਤੇ ਵੀ ਇਹਨਾਂ ਨੂੰ ਕੋਚ ਚੜਾ ਚਾਹੀਦਾ ਵਾ ਨੈਕਸਟ ਵੈਕੈਂਸੀ ਆ ਆਰਮੀ ਡਬਲ ਵਿਕਟਰੀ ਸਕੂਲ ਪਿਆਸ ਦੇ ਵਿੱਚ ਹੈ ਇਹਦੇ ਵਿੱਚ ਇਹਨਾਂ ਨੂੰ ਟੀਚਿੰਗ ਤੇ ਨੌਨ ਟੀਚਿੰਗ ਵੀ ਤੇ ਐਡਮਿਨਿਸਟ੍ਰੇਟਿਵ ਸਟਾਫ ਵੀ ਚਾਹੀਦਾ ਵਾ ਸੋ ਇਹ ਜਿਹੜੇ ਹੈਗੇ ਨੇ ਐ ਕੋ ਟੀਚਿੰਗ ਸਟਾਫ ਦੇ ਵਿੱਚ ਵੱਖਰੀਆਂ ਨੇ ਵੋਕੇਸ਼ਨਲ ਟੀਚਰਸ ਦੀ ਵੀ ਲੋੜ ਹੈ ਤੇ ਨਾਨ ਟੀਚਿੰਗ ਦੇ ਵਿੱਚ ਜਿੱਦਾਂ ਐਡਮਿਨਿਸਟ੍ਰੇਟਿਵ ਸੁਪਰਵਾਈਜ਼ਰ ਹੈ ਨਾ ਉਹ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਸੋ ਇਹਨਾਂ ਦੇ ਕੰਟੈਕਟ ਨੰਬਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੋ ਰਹੇ ਦੇ ਉੱਪਰ ਜਾ ਕੇ ਤੁਸੀਂ 5 ਜਨ ਤੋਂ ਪਹਿਲਾਂ ਪਹਿਲਾਂ ਜਿਹੜਾ ਵਾ ਅਪਲਾਈ ਅਪਲਾਈ ਕਰ ਸਕਦੇ ਹੋ ਇਰਦੀ ਇੰਟਰਵਿਊ ਹੋਏਗੀ ਨੈਕਸਟ ਆ ਗਵਰਨਮੈਂਟ ਆਫ ਪੰਜਾਬ ਦੇ ਵੱਲੋਂ ਵੈਕੈਂਸੀਸ ਨੇ ਫਰੈਂਡਸ ਹੈਲਥ ਏਜੰਸੀ ਸਟੇਟ ਹੈਲਥ ਏਜੰਸੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਇਹਦੇ ਵਿੱਚ ਆਈ ਆ ਕੰਸਲਟੈਂਟ ਮੈਡੀਕਲ ਮੈਨੇਜਮੈਂਟ ਦੀ ਇੱਕ ਉਹ ਵੈਕੈਂਸੀ ਆ ਤੇ ਫਾਈਨੈਂਸ਼ ਐਂਡ ਆਡਿਟ ਦੇ ਵਿੱਚ ਇੱਕ ਹੈ ਤੇ ਇੱਕ ਮੈਨੇਜਰ ਦੀ ਜਿਹੜੀ ਆ ਉਹ ਵੈਕੈਂਸੀ ਆ ਤੁਹਾਡੇ ਸਾਹਮਣੇ ਸਕਰੀਨ ਤੇ ਪਰ ਸ਼ੋ ਹੋ ਰਿਹਾ ਇਹਨਾਂ ਦੀ ਕੀ ਕੀ ਪੇ ਸਕੇਲ ਰਹੇਗਾ ਲਾਸਟ ਡੇਟ ਜਿਹੜੀ ਉਹ 11 ਜਨ 2023 ਰਹੇਗਾ ਇਹਨਾਂ ਦੀ ਉਹ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਵੇਖ ਸਕਦੇ ਹੋ ਨੈਕਸਟ ਵੈਕੈਂਸੀ ਪ Export Corporation Limited ਦੇ ਵਾਸਤੇ ਵੈਕੈਂਸੀਜ਼ ਹੈਗੀਆਂ ਨੇ ਅਵੇਲੇਬਲ ਜਿਨ੍ਹਾਂ ਦੇ ਵਿੱਚ ਰੀਜਨਲ ਸੇਲ ਮੈਨੇਜਰ, ਏਰੀਆ ਸੇਲ ਮੈਨੇਜਰ ਤੇ ਸੇਲਸ ਆਫੀਸਰ ਜਿਹੜੇ ਉਹਨਾਂ ਦੀਆਂ 12 ਵੈਕੈਂਸੀਜ਼ ਨੇ ਅਗਰ ਤੁਸੀਂ ਪਾਸ 2 ਵੀ ਕੀਤੀ ਆ ਤੇ ਉਹਦੇ ਵਾਸਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ 10 ਜਨਵਰੀ ਇਹਨਾਂ ਦੀ ਲਾਸਟ ਡੇਟ ਰਹੇਗੀ ਐ ਸਾਰਾ ਕੁਝ ਮੈਂ ਸ਼ਾਰਟ ਚ ਦੱਸ ਰਹੀ ਹਾਂ ਡਿਟੇਲ ਜੇ ਕੁਝ ਪੁੱਛਣਾ ਚਾਹੁੰਦੇ ਜਿਹਦੇ ਵਾਸਤੇ ਤੁਸੀਂ ਐਲੀਜੀਬਲ ਹੋ ਉਹਦਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਫਾਰਮ ਵਗੈਰਾ ਕਿਦਾਂ ਫਾਰਮ ਫਿਲ ਹੋਣੇ ਉਹਦੀ ਲਿੰਕ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ दैट ਇਜ਼ www anmanojob.com ਉੱਤੇ ਪਰ ਜਾ ਕੇ ਤੁਸੀਂ ਇਹਨਾਂ ਦੇ ਜਿਹੜੇ ਆ ਆਨਲਾਈਨ ਐਪਲੀਕੇਸ਼ਨ ਜਿਨ੍ਹਾਂ ਦੀ ਫਿਲ ਹੋਣੀ ਆਨਲਾਈਨ ਫਾਰਮ ਫਾਰਮ ਫਿਲ ਕਰ ਸਕਦੇ ਜਿਨ੍ਹਾਂ ਦੀ ਹਾਰਡ ਕਾਪੀਜ਼ ਨਹੀਂ ਤੇ ਐਡਰੈਸ ਅਸੇ ਤੁਸੀ ਭਰ ਸਕਦੇ ਹੋ ਨੈਕਸਟ ਹੈ ਟਾਟਾ ਮੈਮੋਰੀਅਲ ਸੈਂਟਰ ਜਿਹੜਾ ਹੈਗਾ ਵਾ ਮੁੰਬਈ ਦੇ ਵਿੱਚ ਇਹਦੇ ਵਿੱਚ ਵੈਕੈਂਸੀਜ਼ ਅਵੇਲੇਬਲ ਨੇ ਫ੍ਰੈਂਡਸ ਲੋਅਰ ਡਿਵੀਜ਼ਨ ਕਲਰਕ ਦੀਆਂ اٹੈਂਡੈਂਟ ਟਰੇਡ ਹੈਲਪਰ ਦੀਆਂ ਨਰਸ ਦੀਆਂ ਕੈਟਾਗਰੀ A B C ਦੇ ਵਿੱਚ ਲਾਸਟ ਡੇਟ ਜਿਹੜੀ ਹੋਏਗੀ ਉਹ 10 ਜਨਵਰੀ ਜਿਹੜੀ ਆ ਲਾਸਟ ਡੇਟ ਇਹਦੀ ਹੋਏਗੀ ਫਾਰਮ ਫਿਲ ਕਰਨ ਤੇ ਸੋ ਅਰ ਸੀਗਰ ਜਿਹੜੀਆਂ ਵੈਕੈਂਸੀਜ਼ ਰੀਸੈਂਟਲੀ ਅਵੇਲੇਬਲ ਨੇ ਬਾਕੀ ਜਿਹੜੀਆਂ ਵੀ ਵੈਕੈਂਸੀ ਆਉਂਦੇ ਨਾਲ ਦੇ ਨਾਲ ਹੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਫਾਰ ਦੈਟ ਯੂ ਕੈਨ ਸਬਸਕ੍ਰਾਈਬ ਅਵਰ YouTube ਚੈਨਲ ਅਰਨ ਮਨੀ ਜੌਬ ਨਾਲ ਦੇ ਨਾਲ ਹੀ ਸਾਨੂੰ Instagram ਦੇ ਉੱਪਰ ਵੀ ਪੇਜ ਜਿਹੜੇ ਨੇ ਅਵੇਲੇਬਲ ਉੱਥੇ ਜਾ ਕੇ ਸਾਨੂੰ ਫਾਲੋ ਕਰ ਸਕਦੇ ਹੋ Telegram ਦੇ ਉੱਪਰ ਵੀ ਫਾਲੋ ਸਾਨੂੰ ਕਰ ਸਕਦੇ ਹੋ ਸੋ ਫਰੈਂਡ ਥਿਸ ਵਾਸ 올 ਅਬਾਊਟ ਟੁਡੇਸ ਵੀਡੀਓ ਕਰ ਤੁਸੀਂ ਜਾਣਦੇ ਕਿ ਮੈਂ ਤੁਹਾਡੇ ਡਿਟੇਲ ਦੇ ਵਿੱਚ ਥੋੜੀ ਲੈਂਥੀ ਵੀਡੀਓ ਲੈ ਕੇ ਜਾਵਾਂ ਤਾਂ ਤੁਸੀਂ ਮੈਨੂੰ ਦੱਸ ਸਕਦੇ ਆਦਰਵਾਇਸ ਆਈ ਥਿੰਕ ਇਨੀ ਇਨਾਫ ਹੈ ਕਿ ਕਿਹਦੇ ਵਾਸਤੇ ਕਿਹੜੀ ਅਵੇਲੇਬਲ ਹੈਗੀ ਆ Here, that is good. So, this was all about today's video. Hope you have liked this video and stay tuned with your ETH on your favorite YouTube channel and job. Till then, take care. Bye bye.